ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮਹਿਮ ਜਿਹੜੀ ਹੈ ਪੰਜਾਬ ਦੇ ਵਿੱਚ ਵੱਡੀ ਹੋਈ ਹੈ, ਜਿਸ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਤਾਂ ਲਗਾਤਾਰ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ। ਜਿਸ ਪ੍ਰਾਪਰਟੀ ਦੇ ਅਸੀਂ ਅੱਜ ਦਿਖਾ ਰਹੇ ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਣ ਕੇ ਅਵਤਾੜ ਦੇ ਵਿੱਚ ਮੌਜੂਦ ਹੈਗੇ ਹਾਂ। ਬਕਾਇਦਾ SPD ਬਲਕਾਰ ਸਿੰਘ ਇੱਥੇ ਪਹੁੰਚੇ ਆ, ਪੂਰੀ ਪੁਲਿਸ ਪਾਰਟੀ ਪਹੁੰਚੀ, ਇੱਕ ਬੋਰਡ ਜਿਹੜਾ ਹੈ ਫਲੈਕਸ ਬੋਰਡ ਇੱਥੇ ਲਗਾ ਦਿੱਤਾ ਗਿਆ। ਪ੍ਰਾਪਰਟੀ ਫਰੀਜ਼ਿੰਗ ਦਾ ਆਰਡਰ ਜਿਹੜਾ ਹੈ ਉਹ ਤੁਸੀਂ ਦੇ ਸਕਦੇ ਹੋ, ਮੁਤਾਬਿਕ ਕੰਪੀਟੈਂਟ ਅਥਾਰਟੀ ਐਡਮਿਨਿਸਟ੍ਰੇਟਰ ਦਿੱਲੀ ਦੇ ਹੁਕਮਾਂ ਦੇ ਤਹਿਤ ਜਿਹੜਾ ਇਹ ਕਾਰਵਾਈ ਕੀਤੀ ਗਈ। ਜੋਤਾ ਰਾਮ ਪੁੱਤਰ ਨਵਾਬ ਰਾਮ ਵਾਸੀ ਪਿੰਡ ਮੋਹਣ ਕੇ ਅਵਤਾੜ, ਇਹ ਦੱਸਿਆ ਗਿਆ। ਬਕਾਇਦਾ ਇੱਥੇ DSP ਜੀ ਮੌਕੇ ਤੇ ਪਹੁੰਚੇ, ਉਹਨਾਂ ਨੇ ਇਹੀ ਕਿਹਾ ਵੀ ਇਹ ਪ੍ਰਾਪਰਟੀ ਜਿਹੜੀ ਹੈ ਬਕਾਇਦਾ ਇੱਕ ਐਪਲੀਕੇਸ਼ਨ ਤਿਆਰ ਕਰਕੇ ਭੇਜੀ ਗਈ ਸੀ SSP ਫਿਰੋਜ਼ਪੁਰ ਦੀਪਕ ਹਲੋਰੀ ਜੀ ਵੱਲੋਂ। ਉਸ ਤੋਂ ਬਾਅਦ ਜਦੋਂ ਫੈਸਲਾ ਆਉਂਦਾ ਤਾਂ ਇਹ ਪ੍ਰਾਪਰਟੀ ਜਿਹੜੀ ਬਿਲਡਿੰਗ ਹੈ ਦੇਖ ਸਕਦੇ, ਕੋਠੀ ਜਿਹੜੀ ਹੈ ਇੱਥੇ ਬਣੀ ਹੋਈ ਹੈ, ਇਹਨੂੰ ਫਰੀਜ਼ ਕਰ ਦਿੱਤਾ ਗਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਫਿਰੋਜ਼ਪੁਰ ਪੁਲਿਸ ਵੱਲੋਂ ਅਜੇ ਕੰਮ ਕੀਤੇ ਜਾ ਰਹੇ ਨੇ। ਪਰਿਵਾਰਕ ਮੈਂਬਰ ਵੀ ਇੱਥੇ ਹਾਜ਼ਰ ਹੈਗੇ ਆ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਪਲਸਤਰ ਤੱਕ ਜਿਹੜੀ ਆ ਇਹ ਕੋਠੀ ਨਹੀਂ ਹੋਈ, ਪਰ ਇਸ ਕੋਠੀ ਨੂੰ ਪੰਜਾਬ ਸਰਕਾਰ ਜਿਸ ਮਹਿਮ ਤਹਿਤ ਕੰਮ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆ, ਪੰਜਾਬ ਪੁਲਿਸ ਦਾ ਅੱਜ ਵੱਡਾ ਜਿਹੜਾ ਐਕਸ਼ਨ ਹਲਕਾ ਗੁਰੂਵਾਰ ਸਾਹਿਬ ਦੇ ਪਿੰਡ ਮੋਹਣ ਕੇ ਅਵਤਾੜ ਦੇ ਵਿੱਚ ਦੇਖਣ ਨੂੰ ਮਿਲਿਆ। ਦੇਖਦੇ ਰਹੇ ਪੰਜਾਬੀ ਸੱਚ ਕਹੋ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਅੱਜ? ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਣਯੋਗ DGP ਪੰਜਾਬ ਸ੍ਰੀ ਗੌਰਵ ਜਾਦਵ ਜੀ, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਣਯੋਗ ਦੀਪਕ ਹਲੋਰੀ IPS SSP ਫਿਰੋਜ਼ਪੁਰ ਜੀ ਦੇ ਯੋਗ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਕੁੱਲ 31 ਬੰਦੇ ਸਮਗਲਰ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਨਸ਼ੇ ਪੱਤੇ ਦੇ ਮਾੜੇ ਧੰਦੇ ਨਾਲ ਬਣਾਈਆਂ ਸੀਗੀਆਂ, ਉਹਨਾਂ ਨੂੰ ਫਰੀਜ਼ ਕਰਨ ਵਾਸਤੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਪਾਸ ਜਿਹੜਾ ਸੀਗਾ ਰਿਪੋਰਟ ਬਣਾ ਕੇ ਭੇਜੀ ਗਈ ਸੀ, ਜਿਹਦੇ ਵਿੱਚੋਂ ਇੱਕ ਜਾਇਦਾਦ ਜਿਹੜੀ ਜੋਤ ਰਾਮ ਸਨ ਆਫ ਨਵਾਬ ਵਾਸੀ ਮੋਹਣ ਕੇ ਉਤਾੜ, ਇਹਦੀ ਜਾਇਦਾਦ ਵੀ ਭੇਜੀ ਸੀ ਜਿਹੜੀ ਕੰਪੀਟੈਂਟ ਅਥਾਰਟੀ ਨੇ। ਇਹਨਾਂ ਦੀ ਕਰੀਬ 52 ਲੱਖ ਰੁਪਏ ਦੀ ਜਾਇਦਾਦ, ਇੱਕ I-20 ਕਾਰ ਔਰ ਇਹਦਾ ਜਿਹੜਾ ਘਰ 2 ਮੰਜ਼ਿਲਾ ਘਰ ਹੈ, ਇਹਨੂੰ ਜਿਹੜਾ ਫਰੀਜ਼ ਕਰਨ ਦਾ ਆਰਡਰ ਦਿੱਤਾ, ਜਿਹੜੇ ਅੱਜ ਫਰੀਜ਼ਿੰਗ ਦੇ ਆਰਡਰ ਰਿਸੀਵ ਕਰਨ ਅਤੇ ਇਹਦਾ ਹੁਕਮ ਲਾਉਣ ਵਾਸਤੇ ਅਸੀਂ ਇੱਥੇ ਆਏ ਸੀ। ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੁੱਲ 29 ਬੰਦਿਆਂ ਦੀ ਜਿਹੜੀ ਜਾਇਦਾਦ ਆ ਉਹ ਫਰੀਜ਼ ਕਰਾਈ ਜਾ ਚੁੱਕੀ ਹੈ, ਜਿਹੜੀ ਕਰੀਬ 14 ਕਰੋੜ ਰੁਪਈਆ ਬਣਦੀ ਹੈ। ਜਨਾਬ ਹੋਰ ਵੀ ਲੋਕ ਹੈਗੇ ਆ ਜਿਨ੍ਹਾਂ ਦੀ ਭੇਜਿਆ ਹੋਇਆ ਗੁਰੂ ਸਾਹਿਬ, ਜਿਹੜੇ ਵੀ ਬੰਦਿਆਂ ਨੇ ਨਸ਼ੇ ਦੇ ਕਾਰੋਬਾਰ ਰਾਹੀਂ ਅਜਿਹੀ ਜਾਇਦਾਦ ਬਣਾਈ ਹੈ ਉਹਨਾਂ ਦੇ ਕੇਸ ਜਿਹੜੇ ਆ ਕੰਪੀਟੈਂਟ ਅਥਾਰਟੀ ਨੂੰ ਅੱਗੇ ਤੋਂ ਵੀ ਬਣਾ ਕੇ ਭੇਜੇ ਜਾਣਗੇ ਔਰ ਉਹਨਾਂ ਦੀ ਥਰੂ ਪ੍ਰੋਸੀਜਰ ਜਿਹੜਾ ਹੈ ਪ੍ਰੋਪਰਟੀ ਫਰੀਜ਼ ਕਰਾਈ ਜਾਊਗੀ। ਸਰ ਬੀਤੇ ਦਿਨ ਜਿੱਦਾਂ ਆਪਣੇ ਇੱਕ ਮੁਲਾਜ਼ਮ ਸੀਗਾ ਰਤਨ ਸਿੰਘ, ਉਹਨਾਂ ਦੀ ਸਰ ਕੋਈ ਪ੍ਰੋਪਰਟੀ ਵਗੈਰਾ ਇੱਦਾਂ ਦੀ ਫਰੀਜ਼ ਕਰਨ ਦੇ ਆਰਡਰ ਹੈ? ਫਿਲਹਾਲ ਉਹਦਾ ਕੋਈ ਕੇਸ ਨਹੀਂ ਬਣਾਇਆ, ਉਹਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੇਕਰ ਇਨਵੈਸਟੀਗੇਸ਼ਨ ਦੌਰਾਨ ਕੋਈ ਚੀਜ਼ ਸਾਹਮਣੇ ਆਈ ਤਾਂ ਬਿਲਕੁਲ ਕਰਾਈ ਜਾਊਗੀ। ਸਰ ਜੋਤਾ ਰਾਮ ਦੀ ਕੋਈ ਹੋਰ ਵੀ ਪ੍ਰੋਪਰਟੀ ਕਿਤੇ ਆਈ ਹੈ ਜੀ ਸਾਹਮਣੇ? ਫਿਲਹਾਲ ਲਿਖਤੀ ਪੜ੍ਹਤੀ ਜਿਹੜੀ ਹੈ ਜਿਹੜੀ ਸਾਨੂੰ ਆਈ ਆ ਉਹ ਅਸੀਂ ਫਰੀਜ਼ ਕਰਾਤੀ। ਓਕੇ ਸਰ, ਸ਼ੁਕਰੀਆ ਜੀ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।